हाँ विकी दिहाड़ी थोड़ी पै गई है। हाँ जी सर 15,000 की लगी है। सिर्फ 15,000 रुपया बच्चे ने जाके फीस भी देनी है दुकान से। आधार होया कोई 15,000 15 अपनी पा 15 मेरी पा। ओके हो गया। हाँ विकी ये दरवाजा खड़काओ। ओके सर। गली में उर्दू भी बोलनी है, मैं बोलनी बोलनी नहीं आती मैं। दिहाड़ी चंगी पा के जानी है 15,000 ना कुछ नहीं होना। 15,000 अपनी पा 15 मनु दी। आ खड़का ला कितों खड़का ला कोई निकल आएगा। दो शर्त ने एक जिस बंद ने 18 साल उम्र नहीं ना कराया महकमे का आर्डर उस बंद चुक लिया। अच्छा जी। शहर लाओ तो शहर जाके उनको नालियां ते गटर कढ़ाओ। दूसरी महकमे की शर्त ये सी कि जिन्हें 18 तो तेरी उम्र कितनी 25 साल दसी 25 साल ते 18 तो 25 साल दा विकी किना वक्फा पै गया 7 साल सर 7 साल 30 साल दा 1000 रुपया जुर्माना 7 साल 18 तो 25 साल 7 साल 7000 रुपया तेनु जुर्माना ते महकमे दा आर्डर 7000 रुपया नु जुर्माना कर। जी सर। ते विकी कॉल कर बंदे साथ तेनु खड़ो ते शहर जाके गटर ते नाले कढ़वा देखो। ओके सर। ओ सर जी गल सुनो ਲੈ ਦੇ ਕੇ ਕਰ ਲੋ ਉਹ ਪੂਰ ਮੈਨ ਖੱਲੂ ਮੈਨ ਪਿੱਛੇ ਹੋ ਪਿੱਛੇ ਕੋਈ ਬਾਤ ਕਰ ਸੌਰੀ ਸਰ ਲੈ ਦੇ ਕੇ ਦਫਾ ਰਫਾ ਉਹ ਛੋੜੋ ਇਧਰ ਸਰ ਮੈਂ ਯਸ ਸਰ ਕਰ ਰਹਾ ਹੂੰ ਓਏ ਰੁਕਾ ਸਰ ਗੱਲ ਤਾਂ ਸੁਣੋ ਜੀ ਜੀ ਦਫਾ ਰਫਾ ਕਰੋ ਪੈਸੇ ਲਓ ਦਾਓ ਬਸ ਮਿਹਰਬਾਨੀ ਆ ਅਜਿਹਾ ਲੈ ਦੇ ਕੇ ਰੁਕਾ ਦਫਾ ਕੰਮ ਕਰ ਲਓ ਪੈਸੇ ਲਓ 7000 ਰੁਪਇਆ ਦਾ ਜੁਰਮਾਨਾ ਬਣਦਾ ਜੀ ਜੀ ਸਰ ਤੇ ਇੱਕ ਨੇ ਵਿਆਹ ਨਹੀਂ ਕਰਾਇਆ 18 ਸਾਲ ਦੀ ਉਮਰ ਵਿੱਚ ਦੱਸਦੇ ਵੀ ਗਟਰ ਕੱਢਣੇ ਪੈਣੇ ਜਾ ਕੇ ਸ਼ਹਿਰ ਜਾ ਕੇ ਫੱਲੂ ਮੈਨ ਜਲਦੀ ਕਰੋ ਜਲਦੀ ਟਾਈਮ ਨਹੀਂ ਹੈ ਜਲਦੀ ਕਰੋ ਦਫਾ ਦਫਾ ਕਰੋ ਜੀ ਫੱਲੂ ਮੈਨ ਡਿਸਟੈਂਸ ਮੀ ਡਿਸਟੈਂਸ ਮੀ कितने हैं 14,000 सर पाकिट में डालो। बाय द वे व्हाट योर शादी प्रॉब्लम सर जी एज यू व्हाट एज यू कर और नॉनसेंस पुअर मैन फॉलो मैन पीछे हो सीधा बता सर जी शादी नहीं हुई की कर सकते क्यों नहीं हुई उस माई बुढ़ा लड़ पेंदे सी क्या मसला माई बुढ़ा लड़ पेंदे सी 2 महीने पे कहंदे बाद चो बुढ़ा जांदा सी मनाक ला आंदा सी एदे सी मैं जवान हो गया ते विकी यस सर डटी मैं पीछे हो जा दफा आ जा कर साफ हो गए इससे यस सर ओके हो गया इसकी होनी नहीं है शादी ए नहा भी लिया करो। अच्छा कितनी बदबू आ रही है तुझसे। ठीक है सर चले चलो कैसे कैसे आदमी से पाला पड़ जाता है इधर हमारा पुअर मैन थल्लू लोफर तू भी कुछ काम कर लिया करो उर्दू पंजाबी रलवी मारनी मैं पता लगे प्रेशर पाना विकी इसे खुद बात करो दिमाग खराब किया आज मेरा इन लोगों ने कैसे हैं ठीक हो बगैर तो आदमी तुम्हें खुद नहीं पता लग रहा है सर मैं जो जितना देता है ले लो वो सर जी मैं पहली दफा से काम कर रहा हूं 2 नंबर काम कर रहे हो मर्दमशुमारी 2 नंबर कर रहे हो धोखा भी नहीं होता तुमसे सर जी वैसे कितना पढ़े हो तुम वो तुम्हें ये भी नहीं पता भी 5वीं फेल हूं मैं लोगों ने ना दस दी मामा तेरे पता नहीं लगता मेरे बोलचाल फलो मैन लोफर मैन पुअर मैन ऐसा वैसे थोड़ी वर्गा मुंह है वो बगैरत आदमी वो बगैरत लोगों ने तुम उल्लू लाया सर
ਚੰਗਾ ਕਮਾਈ ਦਾ ਬਹਾਨਾ ਲੱਭਿਆ ਠੀਕ ਤੂੰ ਤੂੰ ਵੀ ਮੇਰੇ ਸਾਥ ਖਾਤੇ ਹੋ ਨਾ ਮੈਂ ਖਾਤੇ ਸਰ ਖਾਤੇ ਚਲੋ ਚਲੋ ਸਰ ਦੋ ਘਰ ਹੋਰ ਆਪਾਂ ਕਰ ਲਈ ਤੇ ਆਪਣਾ ਕੰਮ ਠੀਕ ਕਿੰਨੇ ਹੋ ਗਏ ਪੈਸੇ ਅਭੀ ਸਰ 14 ਉਹਦੇ ਕੋਲ ਲਿਆ 14 ਇਹਦੇ ਕੋਲ ਲਿਆ ਵਾ 2000 ਹੋ ਗਿਆ 28 ਤੇ 15 ਕਿੰਨਾ ਹੋ ਗਿਆ ਸਰ 2000 ਰਹਿ ਗਿਆ 14 14 28 2000 ਰਹਿ ਗਿਆ ਇੱਕ ਘਰ ਹੋਰ ਲੱਭ ਸਰ ਸਰ ਤੈਨੂੰ ਮੈਂ ਕਿਹਾ ਸਰ ਸਰ ਭੌਂਕਿਆ ਕਰ ਮੈਨੂੰ ਸਰ ਸਰ ਹੁਣ ਕਿਹੜਾ ਕੋਲ ਆ ਕੋਈ ਯਾਰ ਤੂੰ ਉੱਧਰ ਨਹੀਂ ਭੌਂਕਦਾ ਮੈਂ ਤਾਂ ਤੈਨੂੰ ਡਿਆਂ ਓਕੇ ਉੱਥੇ ਮੈਂ ਪੂਰੀ ਬੰਬ ਕੱਢ ਕੇ ਰੱਖ ਦਿਆਂਗਾ ਪਰੇਸ਼ਾਨ ਨਹੀਂ ਕੌਣ ਸਰ ਆਤਾ ਗੱਲ ਆਜੋ ਸਰ ਹੋਰ ਇੱਕ ਰਹਿੰਦਾ ਚਲੋ ਆਜੋ ਚਲੋ ਅਗਲੀ ਬੈਕ ਆਉਂਦੇ ਇਹਨੂੰ ਮੈਂ ਸਰ ਕੇ ਇਧਰ ਆਓ ਇਧਰ ਆਓ ਇਧਰ ਆਓ ਹਾਂਜੀ ਸਰ ਜੀ ਇਧਰ ਖੜੇ ਹੋ ਹਾਂਜੀ ਕਿੰਨੀ ਉਮਰ ਹੈ ਤੁਹਾਡੀ ਮੇਰੀ 14 ਸਾਲ ਜੀ 14 ਸਾਲ ਹਾਂਜੀ ਮਹਿਕਮਾ ਐਮਐਸਸੀ ਦਾ ਪਤਾ ਹੈ ਤੁਮੇ ਨਹੀਂ ਮਹਿਕਮਾ ਛੜੇ ਮਕਾਓ ਉਹ ਕਿਹੜਾ ਜੀ ਮਰਦਮਸ਼ੁਮਾਰੀ ਵਾਲੇ ਆਏ ਆ ਅਸੀਂ ਅੱਛਾ ਜੀ ਤੈਨੂੰ ਪਤਾ ਨਹੀਂ ਆ ਤੇਰੀ 14 ਸਾਲ ਉਮਰ ਆ ਵੀ ਅਫਸਰ ਆ ਰਿਹਾ ਆਪਣੀ ਉਮਰ ਪੂਰੀ ਕਰਾ ਕੇ ਰੱਖ ਉਹ ਕਿਵੇਂ ਕਰਾਂ ਜੀ ਉਮਰ ਪੂਰੀ ਮੈਂ ਡੈਡੀ ਮੈਨ ਲੋਫਰ ਆਦਮੀ ਪੂਰੇ ਪਿੰਡ ਦੇ ਲੋਫਰ ਆਦਮੀ ਹੋ ਤੁਮ ਲੋਕ ਠੀਕ ਹੈ ਸਰ ਕਿਤਨਾ ਜੁਰਮਾਨਾ ਇਸ ਬੰਦੇ ਦਾ ਰੋਂ ਡਬਲ ਲੱਗਦਾ ਜੀ ਕਿਤਨਾ ਡਬਲ ਲੱਗਦਾ ਹੈ ਬਤਾਓ ਇਸੇ ਸਰ ਅੱਗੇ ਸਾਲ ਦੇ ਜਿਹੜੇ ਜ਼ਿਆਦਾ ਉਮਰ ਹੁੰਦੀ ਹੈ ਸਾਲ ਜਨੋਂ ਲੱਗਦਾ 1000 ਰੁਪਿਆ ਤੁਹਾਡੀ ਏਜ ਘੱਟ ਹੈ ਤੁਹਾਨੂੰ 2000 ਰੁਪਿਆ ਲੱਗਣਾ ਹਾਂਜੀ 14 ਸਾਲ ਇਸ ਦੀ ਉਮਰ ਕਿੱਧਰ ਸੇ ਲੱਗ ਰਹੀ ਹੈ 14 ਸਾਲ 14 4 8000 ਰੁਪਿਆ ਸਾਲ ਇਹਦਾ ਬਣਨਾ ਜੀ ਦੁੱਧ ਦੇ ਪੈਸੇ ਨਹੀਂ ਆਏ 2000 ਵੱਟ ਹੋ ਕੋਈ ਸੇ 2000 ਵੱਟ ਹੋ ਕੋਈ ਨਹੀਂ ਜੇ ਸਾਡੇ ਨਾਲ ਪੈਸੇ ਪੈਣਾ ਤੁਹਾਨੂੰ ਭਾਈ ਦੁੱਧ ਦੇ ਪੈਸੇ ਨਹੀਂ ਆਏ ਸਰ ਇਹਨੂੰ ਨਾਲ ਲੈ ਜੀਏ ਫਿਰ ਗੱਡੀ ਮਹਿਕਮੇ ਚ ਉਠਾਓ ਉਠਾਓ ਇਸੇ ਉਠਾਓ ਨਹੀਂ ਹਾਂਜੀ ਸਰ ਜਾਣ ਦੋ ਜੀ ਕਾਲ ਕਰੋ ਕਾਲ ਕਰੋ ਪੂਰੇ ਸ਼ਹਿਰ ਕੇ ਨਾਲੀਆਂ ਗੱਡਰੇ ਇਸੇ ਨਿਕਲਵਾਣੇ ਆ ਜਾਣ ਦੋ ਸਰ ਕੱਢੇ ਗਏ ਠੀਕ ਹੈ ਬੰਦਾ ਜਾਂ ਜੁਰਮਾਨਾ ਇਸੇ ਲੋ ਜਾਂ ਇਸੇ ਉਠਾਓ ਯੈਸ ਸਰ ਕਾਲ ਕਰੋ ਪਿੱਛੇ ਕਰ ਰਿਹਾ ਸਰ ਦਿਨਾ ਜੁਰਮਾਨਾ ਦਿਨਾ ਜੁਰਮਾਨਾ ਪੂਰਾ 10000 ਹੈ ਦਿਨਾ ਵੇਖੋ ਪੈਸੇ ਲੋ ਗਿਣੋ ਜੀ ਮੈਂ ਪਤਾ ਨਹੀਂ ਅਫਸਰ ਲੋਕ ਆ ਰਹੇ ਆਪਣੀ ਉਮਰ ਪੂਰੀ ਕਰੂੰ ਠੀਕ ਹੈ ਸਰ ਜੀ ਮਹਿਕਮਾ ਐਮਐਸਸੀ ਮਹਿਕਮਾ ਛੜੇ ਮਕਾਓ ਆ ਜੀ ਜਾ ਕੇ ਆਪਣੀ ਉਮਰ ਪੂਰੀ ਕਰਵਾਓ ਚਾਰ ਸਾਲ ਪਮਾ ਹੈ ਪੂਰੇ ਕਰੋ ਠੀਕ ਹੋ ਠੀਕ ਹੈ ਯੂਨੀਕਾਉਂਸਲ ਜਾਓ ਨਿਕਲੋ ਠੀਕ ਉਹ ਤੂੰ ਮੈਂ ਕਿਤਨੀ ਵਾਰ ਭੌਂਕ ਭੌਂਕ ਮੈਂ ਥੱਕ ਗਿਆ ਤੈਨੂੰ ਅਫਸਰ ਨਾ ਅਫਸਰ ਸਰ ਕਿਆ ਕਰ ਇੰਪ੍ਰੈਸ਼ਨ ਪਾਇਆ ਕਰ ਲੋਕਾਂ ਤੇ ਬਗੈਰ ਤਾਂ ਆਦਮੀ ਸਰ ਜੀ ਮੇਰੀ ਗੱਲ ਸੁਣੋ ਸ਼ਾਮ ਨੂੰ ਸਾਹ ਤੇ ਮੇਰੇ ਕੋ ਪੂਰਾ ਲੈਣਾ ਵੀ ਮੇਰੇ ਵੀ ਇੰਨੇ ਬਣਦੇ ਆ ਚਲੋ ਪਿੱਛੇ ਆਓ ਥੋੜਾ ਗਿਆ ਓ ਸਰ ਬਕਵਾਸ ਕਰਦੇ ਆਗੇ ਥੋੜਾ ਸਰ ਬੜਾ ਵੱਡਾ ਨੇਮ ਜੀ ਸਰ 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 ਕਰਿਆ ਕਰ ਓ ਇਹ ਖੜਕਾ ਇਹ ਖੁਲਾ ਇਹ ਖੜਕਾ ਬਗੈਰ ਤਾਂ ਆਦਮੀ ਵੈ ਸਰ ਜੀ ਵੈ ਨਾ ਪਤਾ ਨਹੀਂ ਲੋਫਰ ਆਦਮੀ ਸਾਰਾ ਪਿੰਡੀ ਲੋਫਰੋਂ ਕਾ ਕੀ ਤਕਲੀਫ ਹੈ ਬੂਆ ਤੋੜਨਾ ਵਾ ਆਰਾਮ ਨਾਲ ਹੈਲੋ ਹੈਲੋ ਤਮੀਜ਼ ਸੇ ਬਾਤ ਕਰੋ ਹਾਂਜੀ ਕਿੱਥੋਂ ਆਏ ਜੇ ਮਹਿਕਮੇ ਕੀ ਤਰਫ ਸੇ ਆਏ ਹਾਂ ਮਹਿਕਮਾ ਐਮਐਸਸੀ ਕਿਹੜਾ ਮਹਿਕਮਾ ਮਹਿਕਮਾ ਛੜੇ ਮਕਾਓ ਕਿੰਨੀ ਉਮਰ ਹੈ ਤੁਹਾਡੀ ਅਭੀ ਉਹ ਕਿਹੜਾ ਛੜੇ ਮਕਾਓ ਮਹਿਕਮਾ ਆ ਗਿਆ ਏਜ ਕਿੰਨੀ ਹੈ ਤੁਹਾਡੀ ਏਜ ਤੇ ਵਰ ਮੈਨ ਏਜ ਤੇ ਮੇਰੀ 35 ਸਾਲ ਆ 35 ਸਾਲ ਏਜ ਹੈ ਤੁਹਾਡੀ ਹਾਂਜੀ ਮਹਿਕਮੇ ਕੀ ਦੋ ਸ਼ਰਾਇਤ ਹੈ ਅੱਛਾ ਜਿਸ ਦਾ 18 ਸਾਲ ਦੀ ਉਮਰ ਵਿੱਚ ਸ਼ਾਦੀ ਨਹੀਂ ਹੋਵੇ ਅੱਛਾ ਵਿਕੀ ਕਾਲ ਕਰੋ ਗਾੜੀ ਮਗਵਾਓ ਇਸੇ ਬਨਾਰੀਆਂ ਗੱਡਰ ਸਾਫ ਕਰਵਾ ਸ਼ਕਲ ਸੇ ਗੁੰਡਾ ਆਦਮੀ ਲੱਗ ਰਿਹਾ ਹੈ ਔਰ ਮੈਨ ਨੌਨਸੈਂਸ ਯੈਸ ਸਰ ਸਰ ਆਜੋ ਇਸ ਪਿੰਡ ਹਾਂ ਹਾਂ ਬਤਾਓ ਇਸ ਲੋਕੇਸ਼ਨ ਪਰ 35 ਸਾਲ ਉਮਰ ਹੈ ਤੁਹਾਡੀ 77 ਸਾਲ 25 ਸਾਲ 18 ਸੇ 35 ਸਾਲ ਕਿੰਨਾ ਵਕਫਾ ਬਣ ਰਿਹਾ 12 ਸਾਲ ਦਾ ਗੱਡੀ ਲੈ ਕੇ ਹਰ ਸਾਲ ਦਾ 1000 ਜੁਰਮਾਨਾ ਹੈ 12000 ਆਪਕਾ ਜੁਰਮਾਨਾ ਹੈ ਉਸੇ ਉਠਾਓ ਗਾੜੀ ਮੇ ਲੈ ਜਾਓ ਇਸੇ ਯੈਸ ਸਰ ਕਾਲ ਕਰ ਦੀ ਹੈ 77 12000 ਰੁਪਇਆ ਸਰਕਾਰ ਦਾ ਜੁਰਮਾਨਾ ਔਰ ਔਰ ਮੈਂ ਡਿਸਟੈਂਸ ਮੀ ਸਰ ਮੇਰੀ ਬਾਤ ਸੁਣ ਲਓ ਪਹਿਲੇ ਆਪ ਡਿਸਟੈਂਸ ਮੀ ਮੇਰੀ ਪਹਿਲੇ ਗੱਲ ਸੁਣ ਲਾ ਲੋਫਰ ਬੰਦਾ ਮੇਰਾ ਨਾਮ ਵਾ ਅਛੂ ਤੇ ਮੱਲੇ ਦਾ ਬੱਚਾ ਬੱਚਾ ਵੀ ਦੱਸੋ ਠੀਕ ਆ ਤੇ ਆ ਜਿਹੜਾ ਤੁਸੀਂ ਫੁੱਦੂ ਲਾ ਰਹੇ ਹੋ ਨਾ ਇਹ ਫੁੱਦੂ ਇੱਥੇ ਨਹੀਂ ਚੱਲਣਾ ਹੈਗਾ ਕੀ ਯੈਸ ਸਰ ਜਾਓ ਸ਼ੂਰ ਮੁੰਡਾ ਲੱਗਦਾ ਪਿਆ ਵਾ ਕਿਤਨਾ ਹੱਥ ਦੇ ਲਿਆ ਵਾ ਬਦਮਾਸ਼ ਆ ਕੋਈ ਸਰ ਸਰ ਕਰੀ ਅੱਛਾ ओके यस सर की खुशखुश कराई है की खुशखुश कराई कितनी उम्र तुम्हारी महकमे की तरफ से आए हैं ओए उम्र 35 है मैं भी पता उम्र 35 है खुश हो 12 साल का 12 साल का जुर्माना है इसका 12 साल का जुर्माना लिखो 35 साल 12 नहीं जी हुंदे 1 मिनट मेनू गिन लेन दियो पड़े तुसी मान जी ਉਹ ਪੂਰ ਮੈਨ ਡਿਸਟੈਂਸ ਮੀ ਅਸਲੋ ਵੀ ਕੁਛ ਆ ਬਾਤ ਹੁੰਦੀ ਹੈ ਪਿੱਛੇ 17 ਸਾਲ ਕੀ ਖੁਸਰ ਖੁਸਰ ਲਾਈ ਹੈ ਪਿੱਛੇ ਖੜਾ ਹੋ ਇਸ ਬਤਾ ਵੀ ਕੀ ਸੇ ਬਤਾ ਕੀ ਬਾਤ ਉਹ ਇਹ ਤੁਮੇ ਪਤਾ ਨਹੀਂ ਹੈ ਮਹਿਕਮਾ ਐਮਐਸਸੀ ਦਾ ਤਕਾੜ ਹੈ ਇਹ ਮਹਿਕਮਾ ਛੜੇ ਮਕਾਓ ਅਭੀ ਉਠਾ ਲੈ ਜਾਏਗੇ ਹਮ ਤੁਮੇ ਪੈਨ ਤੁਹਾਡਾ 17000 ਰੁਪਏ ਜੁਰਮਾਨਾ ਬਣ ਗਿਆ ਉਹ ਕੱਢੋ ਆਈ ਐਮ ਅਛੂ ਬਦਮਾਸ਼ ਅਭੀ ਤੁਮੇ ਦੱਸੂ ਬਦਮਾਸ਼ ਇਹ ਮੈਂ ਮਹਿਕਮੇ ਦਾ ਬੰਦਾ ਵਾਂ ਮਹਿਕਮੇ ਦਾ ਬੰਦਾ ਹਾਂਜੀ ਇਹ ਕੌਣ ਸੇ ਮਹਿਕਮੇ ਹੁਣੇ ਹੀ ਆ ਕੇ ਮੈਂ ਤੈਨੂੰ ਦੱਸਦਾ ਵਾਂ ਮੈਂ ਕਿਹੜੇ ਮਹਿਕਮੇ ਦਾ ਬੰਦਾ ਐਫ ਡੀ ਪੀ ਐਫਡੀਪੀ ਇੱਥੇ ਖਲੋ ਹਾਂ ਆ ਕੇ ਮੈਂ ਤੈਨੂੰ ਦੱਸਦਾ ਮੈਂ ਆ ਕੇ ਤੈਨੂੰ ਦੱਸਦਾ ਪ੍ਰੋਗਰਾਮ ਵੀ ਨਹੀਂ ਬਣ ਗਿਆ ਸਰ ਕੋਈ ਫੈਮਿਲੀ ਫੈਮਿਲੀ ਦਾ ਲੱਗਦਾ ਵਾ ਚਲ ਕੋਈ ਨਹੀਂ ਆ ਲੈਣ ਦੇ ਦੇਨੇ ਆ ਕਿਹੜਾ ਪ੍ਰੋਗਰਾਮ ਹੈ ਅਸੀਂ ਮਹਿਕਮੇ ਦੇ ਬੰਦੇ ਆ ਐਫ ਇਹ ਕਿਹੜਾ ਮਹਿਕਮਾ ਵਾ ਐਫਡੀਪੀ ਸਰ ਇਹ ਕਿਹੜਾ ਐਫ
एफ डी पी भाई जान ये कड़ा महकमा फुल डंडा प्रोग्राम सुनया कि नहीं ठीक है लाए ना उरान का आ की तुसी डे लोका नु टोपी ड्रामा बनाया वा भाई महकमा छु एक मिनट गल ओ आ वे मेनु महकमा देख गया वा तुसी कार्ड पाया अच्छो एडा अनपढ़ बंदा निगा है विची डिग्री कॉलेज दे विच मैं ओ अच्छू साहब सानू नहीं सी पता ताडा यार मेहरबानी सॉरी सॉरी साहब ओ सर दिया बच्चा सानू ताडा रख लो आराम ना करो दिन मगर तेरी आवाज ना आवे अच्छा ओ तुसी गरीब बंदियां ने मेरी गल सुनो ਤੰਗ ਕਰਨ ਦੇ ਜਨਾਂ ਨੂੰ ਨਾਲੀਆਂ ਕਢਾਉਣੀਆਂ ਮੈਂ ਬਾਰੇ ਪਤਾ ਨਹੀਂ ਸੀ ਆਇਆ ਸੀ ਆ ਮੇਰਾ ਬੈਗ ਪਾ ਚੱਕ ਕਰ ਠੀਕ ਹੋ ਗਿਆ ਅੱਛੂ ਮੱਲੇ ਦਾ ਬੱਚਾ ਬੱਚਾ ਵੀ ਦੱਸੂ ਚੱਲ ਇੱਧਰ ਨਾ ਆ ਕੇ ਸਾਨੂੰ ਢਾਹ ਚੱਲ ਕਈ ਚੁੱਕ ਉਹ ਕਈ ਚੁੱਕ ਸਰ ਕੀ ਕਰਨਾ ਸੀ ਕਈ ਚੁੱਕੇ ਤੂੰ ਗਰੀਬਾਂ ਨੂੰ ਕਹਿਣਾ ਹੈ ਨਾ ਕਿ ਵੀ ਨਾਲੀਆਂ ਕਢਾਉਣੀਆਂ ਤੁਹਾਡੇ ਕੋਲ ਤੇ ਗੱਟਰ ਕਢਾਉਣੇ ਸਰ ਉਹਨਾਂ ਨੂੰ ਕਢਾਈ ਦੀ ਉਹ ਕਈ ਫੜ ਸਰ ਆ ਫੜ ਕਈ ਆ ਕੀ ਅੱਡਾ ਕਢਾਵਾਇਆ ਆ ਫੜ ਉਹ ਇੱਧਰ ਇੱਧਰ ਆ ਫੜ ਨਿਆਣੇ ਨੂੰ ਲੁੱਟਣ ਦੇ ਪੈਸੇ ਕਿੱਥੇ ਆ ਸਾਨੂੰ ਤਾਂ ਪੈਸੇ ਕਿੱਥੇ ਜਿਹੜੇ ਲੋਕਾਂ ਤੋਂ ਲੁੱਟੇ ਪੈਸੇ ਕੱਢ ਪੈਸੇ ਕੱਢ ਸਰ ਪੈਸੇ ਮੈਂ ਸਰ ਅਛੂ ਮਿਹਰਬਾਨੀ ਸਰ ਗਲਤੀ ਤੁਹਾਡੇ ਮੈਂ ਅਛੂ ਦਾ ਡੰਡਾ ਹੀ ਦੇਨੇ ਦੱਸੋ ਪਿੱਛੇ ਰੱਖ ਲੋ ਪਿੱਛੇ ਰੱਖ ਲੋ ਪੈਸੇ ਕੱਢ ਕਿੱਥੇ ਕੱਢ ਇਧਰ ਚੱਲ ਆ ਫੜ ਭਾਈ ਅਛੂ ਸਾਨੂੰ ਤੁਹਾਡੇ ਮਹਿਕਮੇ ਦਾ ਨਹੀਂ ਸੀ ਪਤਾ ਭਾਈ ਕਈ ਫੜ ਕਈ ਫੜ ਕਈ ਕਈ ਫੜ ਉਹ ਚੁੱਕ ਕੇ ਚੁੱਕ ਚੁੱਕ ਸਾਰਾ ਅਛੂ ਉਹ ਸਾਰਾ ਅਛੂ ਇੱਕ ਮਿੰਟ ਉਹ ਚੁੱਕ ਦੇਣ ਮੈਂ ਕਹਿਣਾ ਚੁੱਕ 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 ਮਹਿਕਮਾ ਖਤਰਨਾਕ ਚੁੱਕ ਕੀ ਕਰਨਾ ਅਛੂ ਉਹ ਨਾਲੀਆਂ ਕੱਢੋ ਚਲੋ ਯਾਰ ਅਸੀਂ ਤਾਂ ਅਸੀਂ ਕਿਸੇ ਕੋ ਕਢਾਈਆਂ ਨਹੀਂ ਆ ਅਸੀਂ ਤਾਂ ਸਿਰਫ ਕਾਗਜ਼ੀ ਕਰ ਮੈਂ ਮਸਜਿਦ ਦਾ ਵੱਡਾ ਨਾਲਾ ਵੀ ਤੁਹਾਡੇ ਕੋ ਕਢਾਉਣਾ ਜੇ ਮੈਂ ਤੈਨੂੰ ਕਹਿਣ ਆ ਮੈਂ ਕਿ ਆਰਾਮ ਨਾਲ ਆਹੀ ਨਾਲੀ ਕੱਢੋ ਅਸੀਂ ਪੜੇ ਲਿਖੇ ਬੰਦੇ ਸਾਡਾ ਕੰਮ ਨਹੀਂ ਹੁੰਦੀ ਪੜਿਆ ਐਡਾ ਤੂੰ ਲਿਖਿਆ ਮੈਨੂੰ ਪਤਾ ਹੀ ਆ पागल बनाओ सानू ना पागल चल सर लो फिर निकालो कार तीह रुपया रजिस्टर चुकया पंजी पंजी ती ती हजार रुपया लुटने चल बच्चे को कढ़ा ला ਉਹ ਮੈਂ ਤੇਰੀ ਟਿੰਡ ਪਾੜ ਦੇਣੀ ਚੱਲ ਫੜ ਸਰ ਅੱਛਾ ਵੇਲ ਮਿਹਰਬਾਨੀ ਚੱਲ ਆ ਕੀ ਅੱਡਾ ਖੱਡਾ ਵਾਇਆ ਚੱਲ ਚੱਲ ਆ ਸਰ ਆ ਅੱਛਾ ਆ ਬਾ ਕੱਢ ਦੇ ਕੰਮ ਤੇਰੇ ਮੈਂ ਕਿਹਾ ਚੱਲ ਸਰ ਅੱਛਾ ਵੇਲ ਸਰ ਉਹ ਟੱਪ ਪੂਰਾ ਕੱਢ ਟੱਪ ਪੂਰਾ ਉਹ ਟੱਪ ਪੂਰਾ ਕੱਢ ਸਰ ਕੈਸੀ ਤੁਹਾਡੀ ਕਹੀ ਹੈ ਤੇ ਚੜਦਾ ਨਹੀਂਗਾ ਉਹ ਮੈਂ ਤੇਰੇ ਸੁੱਟ ਦੇਣੀ ਹੈ ਦੋ ਚੱਲ ਤੂੰ ਕੱਢ ਸਰ ਅੱਛਾ ਮਿਹਰਬਾਨੀ ਉਹ ਤੂੰ ਕੱਢ ਸਰ ਅੱਛਾ ਵੇਲ ਮਿਹਰਬਾਨੀ ਹੈ ਸਰ ਅੱਛਾ ਕੱਢ ਕੱਢ ਚੱਲ ਸਰ ਜੀ ਲੋਟਾ ਹੀ ਹੈ ਸਰ ਅੱਛਾ ਅਬ ਕੀ ਅਬ ਕੀ ਇਧਰ ਬੱਚੇ ਦੇ ਜ਼ੁਲਮ ਕਰ ਰਹੇ ਨੇ ਚੱਲ ਕੱਢ ਆ ਫੜ माफी मूफी मेरे कागजा च है नी चल फड़ 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 मुंडा मार दी मेरा यार इधर आ जा इधर आ जा चल चल कड मैं तेन अच्छू अच्छू अच्छा 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 अच्छू मैं लेना बच्चा बच्चा भी सू दस दिया अच्छा एक मिनट अच्छू अच्छू तोड़ो तोड़ तोड़ो तोड़ कड अच्छू यार छड़ दे यार अच्छा जी अच्छा हां जी अच्छू बदमाश आ लाका जान दा आ मैं ना काल सुन ला एक सुनो 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 तोड़ो तोड़ कड के जावांगे पूरा नाला कड के हेलो हाँ जी हाँ जी निकल छाते फाड़ 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 फाड़।